बिस्मिल्लाहिर्रहमानिर्रहीम अस्सलाम असलामकुम की हाल है ठीक हो सारे असल बच तो मेरा दिल ले मैं एक दो दिन ब्रेक लावा वीडियो को ना आवे लेकिन बनानी पे ही है जरा जहीर साडा बरा कोटली काजी मंडी बउद्दीन फ्रांस वाला वाकया ਮੈਂ ਰਾਤ ਨੂੰ ਨਕਾਫੀ ਦਾ ਫਾਸਟ ਛੋੜੇ ਦੀ ਵੀਡੀਓ ਵੇਖਦਾ ਰਿਹਾ ਤੇ ਜੇਤ ਵਲੇ ਉਹ ਰੋਂਦਾ ਆਈ ਨਾ ਰੋਣ ਆ ਜਾਂਦਾ ਮੈਂ ਮੈਂ ਸੱਚੀ ਗੱਲ ਰੋਣ ਆ ਜਾਂਦਾ ਔਰ ਔਰ ਉਹਨੂੰ ਬੋਲਦਾ ਮਤਲਬ ਉਹਦੀ ਸੋਲ ਉਹਦੀ ਰੂਹ ਉਹਦਾ ਦਿਲ ਉਹਦਾ ਜਿਸਮ ਉਹਦਾ ਦਿਮਾਗ ਉਹ ਜੁਆਨ ਆਈ ਉਹਦੀ ਤਰਜਮਾਨੀ ਕਰਦਾ ਮੈਂ ਮੈਂ ਬੜਾ ਸੋਚਿਆ ਇਸ ਵਾਕਿਆਤੇ ਬੋਲਣ ਵਾਸਤੇ ਤੇ ਬੋਲਣਾ ਪੁੰਦਾ ਪਲੇਟਫਾਰਮ ਹੈ ਹੱਕ ਵੀ ਇਹ ਮੁਸਲਮਾਨੋ ਨੇ ਦੇ ਨਾਤੇ ਤੇ ਜਿਸ ਦਿਨ ਪਹਿਲਾਂ ਉਹ ਇਨਾ ਚਾਰਲੀ ਉਹ ਬਲੋ ਇਨ ਇਸ ਅਖਬਾਰ ਅੱਗੇ ਖਾਕੇ ਬਣਾਏ ਤੇ ਇਨਾ ਤੇ ਹਮਲਾ ਹੋਇਆ ਤੇ ਕੁਝ ਅਖਬਾਰ ਬੰਦ ਰਿਆ ਲੇਕਿਨ ਇਨਾ ਆਇਆ ਕਿ ਅਸੀਂ ਮੋਣ ਬਣਾਵਾਂ ਇਨਾ ਦੁਬਾਰਾ ਬਣਾ ਲਿਆ ਤੇ ਲੀ ਨਾ ਕੀਤਾ ਇਨਾ ਦੁਬਾਰਾ ਨਤੀਜਾ ਵੇਖ ਲਿਆ ਇਹ ਮੂੰਹ ਬਣਾ ਇਹ ਮੂੰਹ ਵੇਖ ਲਈ ਸੰ ਇਹ ਰਿਸਿਲਸਰਾ ਰੋਕ ਨਹੀਂ ਸਕਦਾ ਇਹ ਮਾਵਾਂ ਸ਼ੇਰ ਜੰਮਦੀਆਂ ਹੀ ਰਾਣਾ ਜੀ ਨਹੀਂ ਇਹਨਾਂ ਡੱਕਣੇ ਗੱਲ ਇਹ ਹੁਣ ਇਹ ਤੇ ਅਸੀਂ ਇਹਨਾਂ ਵਾਸ਼ ਗਾਫ ﺍﻟफाਜ਼ ਚ 10 ਦੇਣਾ ਚਾਹਨਿਆ ਤੁਸੀਂ ਉਤਨਾ ਚਿਹਰ ਪੱਕੇ ਮੁਸਲਮਾਨ ਨਹੀਂ ਹੋ ਸਕਦੇ ਜਿੰਨਾ ਚਿਹਰ ਤੁਸੀਂ ਆਪ ਸੱਲਾਹੁ ਅਲੈਹ ਵੈ ਵੈ ਸੱਲਮ ਤੋਂ ਪੈੜੋ ਜਿਹੜੇ ਅੰਬਿਆ ਇਕਰਾਮ ਉਲੀਆ ਜਿਹੜੇ ਨਬੀ ਅੱਲਾਹ ਪਾਕ ਦੇ ਰਸੂਲ ਨੇ ਜਿਤਨੇ ਵੀ ਉਹਨਾਂ ਤੇ ਇਮਾਨ ਨਾ ਲਾਇਓ ਸਾਡਾ ਉਤਨੇ ਇਮਾਨ ਹਜ਼ਰਤੀ ਈਸਾ ਤੇ ਸਾਡਾ ਉਤਨੇ ਹੀ ਹਜ਼ਰਤ ਇਬਰਾਹੀਮ ਲੈ ਇਸਲਾਮ ਤੇ ਦੂਜਿਆਂ ਸਾਰਿਆਂ ਤੇ ਵੀ 1,50,000 ਕਮੋ ਬੇਸ਼ ਅਸੀਂ ਕਿਸੇ ਦੀ ਨਾ ਗੁਸਤਾਖੀ ਕਰਦੇ ਨਾ ਉਹਦਾ ਸੋਚ ਸਕਦੇ ਤੇ ਸਾਡੇ ਮਜ਼ਬੂ ਚ ਬੜਾ ਕਲੀਅਰ ਆਖਿਆ ਗਿਆ ਵਾ ਨਾ ਤੁਸੀਂ ਦੂਜੇ ਦੇ ਖੁਦਾ ਨੂੰ ਗਾਲੀ ਦਿਓ ਤੇ ਨਾ ਤੁਹਾਡੇੰ ਦੇ ਅਸੀਂ ਇੱਜ਼ਤ ਕਰਨੇ ਆ ਅਸੀਂ ਅਮਲ ਨਾਲ ਰੰਨੇ ਆ ਸਾਡਾ ਕੋਈ ਕਿਸੇ ਨਾਲ ਮਸਲਾ ਨਹੀਂ ਤੁਸੀਂ ਨਾ ਕਰਦੇ ਉਸੋ ਆਪਣੇ ਨਬੀ ਦੀ ਇੱਜ਼ਤ ਤੁਸੀਂ ਨਾ ਮਜ਼ਬ ਤੇ ਯਕੀਨ ਰੱਖਦੇ ਉਸੋ ਤੁਹਾਡੇ ਆਪਣੇ عقਾਇਦ ਉਸੋ ਨਾ ਅਸੀਂ ਕਦੀ ਦੁਹਨ ਕੋ ਜਾ ਕੇ ਜਿਵੇਂ ਦਿਲ ਲੱਗੇ ਫਿਰ ਲੇਕਿਨ ਕੋਈ ਵੀ ਮੁਸਲਮਾਨ ਉਤਨਾ ਚਿਰ ਪੱਕਾ ਮੁਸਲਮਾਨ ਨਹੀਂ ਹੋ ਸਕਦਾ ਜਿੰਨਾ ਚਿਰ ਉਹ ਹਜ਼ੂਰ ਨਬੀ ਅਕਰਾਮ حضرت ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹ ਵਸੱਲਮ ਨੂੰ ਆਪਣੇ ਮਾਲਦੈਨ ਤੋਂ ਜ਼ਿਆਦਾ ਪਿਆਰ ਨਹੀਂ ਕਰਦਾ ਬੇਸ਼ੱਕ ਅਸੀਂ ਨਮਾਜ਼ਾਂ ਨਾ ਪੜੀਏ ਬੇਸ਼ੱਕ ਅਸੀਂ ਰੋਜ਼ੇ ਨਾ ਰੱਖੀਏ ਅਸੀਂ ਪੱਕੇ ਮੁਸਲਮਾਨ ਨਾ ਹੋਈਏ ਅਕਾਇਦ ਸਾਡੇ ਮਜ਼ਬੂਤ ਨਾ ਹੋਣ ਪਰ ਆਪ ਸੱਲੱਲਾਹੁ ਅਲੈਹਿ ਵਾਲੇ ਵਸੱਲਮ ਨਾਲ ਮੁਹੱਬਤ ਸਾਡੇ ਦਿਲ ਦਾ ਇੱਕ ਸਾਡਾ ਦਿਲ ਭਰਿਆ ਉਹਦੇ ਨਾਲ ਇਹ ਚੀਜ਼ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਆਪਣੇ ਮਾਪਿਆਂ ਪਿਓ ਦੀ ਆਪਣੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਗੁਸਤਾਖੀ ਬਰਦਾਸ਼ਤ ਨਹੀਂ ਕਰਦੇ ਮੁੰਡਾ ਨਾ ਸਾਨਾ ਆਪਣੀ ਜਾਨ ਦੀ ਪਰਵਾਹ ਹੁੰਦੀ ਹੈ ਨਾ ਕਿਸੇ ਹੋਰ ਦੀ ਦੁਆਨੇ ਸੋਚਣਾ ਪਉਸੀ ਦੁਆਨ ਗੈਰ ਮੁਸਲਮਾਨ ਇਹ ਚੀਜ਼ ਆਪਣੇ ਜ਼ਿਹਨ ਵਿੱਚ ਪਾਣੀ ਪਉਸੀ ਇਹ ਜ਼ੇਦ ਦਾ ਜਵਾਬ ਜ਼ੇਦ ਨਾਲ ਨਹੀਂ ਹੁੰਦਾ ਜ਼ੇਦ ਨਾਲ ਤੁਸੀਂ ਇਹ ਮਾਵਾਂ ਦੇ ਪੁੱਤਰਾਂ ਤੇ ਇਹਨਾਂ ਸ਼ੇਰਾਂ ਨਾ ਡਾਕ ਸਕਦੇ ਇਹ ਜਦ ਤਲੇ ਮੌਤ ਤੋਂ ਡਰਦੇ ਹੀ ਨਹੀਂ ਤੁਮਨ ਤੁਸਾਂ ਡਰਾਣਾ ਕਿਹੜੀ ਚੀਜ਼ ਹੋਏ ਤੇ ਬਰਾਏ ਮਿਹਰਬਾਨੀ ਮੇਰੀ ਸਭ ਤੋਂ ਪਹਿਲਾਂ ਸਾਰੇ ਮੁਸਲਮਾਨ ਬਰਾਵਾ ਸਾਰੇ ਮੁਸਲਮਾਨ ਮਲਕਾਂ ਅੱਗੇ ਆਪੀ ਲੈ 57 ਮਲਕੋ ਇਤਨਾ ਵੀ ਨਾ ਕਰ ਸਕਦੇ ਮਹਣ ਆਪਣੀ ਹਕੂਮਤ ਅੱਗੇ ਆਪੀ ਲੈ ਮਹਣ ਸਾਰੇ ਆਪਣੇ ਬਰਾਵਾ ਅੱਗੇ ਪਲੀਜ਼ ਆਪਣੇ ਤੌਰ ਤੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਹਰ ਜਗ੍ਹਾ ਇਤਿਜਾਜ ਕਰੋ ਪਲੀਜ਼ ਮੇਰੀ ਤੁਹਾਡੇ ਅੱਗੇ ਰਿਕਵੈਸਟ ਉਰੇ ਨਨੇਸ ਹਾਸ دیਵਾਨਾ ਹੈ ਇਹਨਾਂ ਨਾਲ ਸਾਡੀਆਂ ਅੰਬੈਸੀਆਂ ਗੌਰਮੈਂਟਾਂ ਉਹਨਾਂ ਇਹੋ ਜੀਆਂ ਚੀਜ਼ਾਂ ਰੀਅਲਾਈਜ਼ ਕਰਾਉਣਾ ਵੇਖੋ ਨਾ ਜੀ ਹਲੋਕਾਸਟ ਹੋਈ ਹੈ ਯਹੂਦੀਆਂ ਨਾਲ ਜ਼ੁਲਮ ਹੋਇਆ ਉਹਨਾਂ ਨੂੰ ਮਾਰਿਆ ਗਿਆ ਤੇ ਇੱਥੇ ਬਹਿਣੇ ਤੁਸੀਂ ਉਹਦੇ ਬਾਰੇ ਗੱਲ ਹੀ ਨਹੀਂ ਕਰ ਸਕਦੇ ਤੁਸੀਂ ਨਿਸਾਬ ਚੌਕ ਕਦਾਈਆਂ ਉਹਦੇ ਬਾਰੇ ਪੜਾ ਵੀ ਨਹੀਂ ਸਕਦੇ ਤਾਂ ਨਹੀਂ ਇਜਾਜ਼ਤ ਕਾਰਟੂਨ ਤੇ ਦੂਰ ਦੀ ਗੱਲ ਤੇ ਸਾਡੀ ਵਾਰੀ ਕੀ ਅਸੀਂ ਅਸੀਂ ਆਪਣੇ ਨਬੀ ਪਾਕ ਸੱਲ ਸਲਮ ਦੀ ਤੂ ਜਿਵੇਂ ਕਰਦਾ ਰੋ ਅਸੀਂ ਚੋਪ ਕਰੀ ਜਾਂ ਸਾਡਾ ਵੀ ਤੁਸੀਂ ਕਨੋਰ ਬਣਾ ਚੜਾ ਤੁਸੀਂ ਸਾਡੀ ਗੱਲ ਨਾ ਕਰੋ ਅਸੀਂ ਦਵਨ ਛੇੜਦੇ ਹੀ ਨਹੀਂ ਤੁਸੀਂ ਸਾਡੇ ਨਾਲ ਨਾ ਪੰਗਾ ਲੋ ਅਸੀਂ ਦਵਨ ਕੁਝ ਨਹੀਂ ਆਂਦੇ ਇੰਜ ਕਰਸੋ ਤੇਟ ਦਾ ਜਵਾਬ ਪੱਤਰ ਨਾਲ ਲਬਸੀ ਜ਼ਹਿਰ ਜੈ ਮਾਵਾ ਪੁੱਤਰ ਬੜੇ ਲੱਖਾਂ ਕਰੋੜਾ ਜੰਮੇ ਹੋਏ ਨੇ ਉਹਨਾਂ ਜ਼ਮੀਂਦਿਆਂ ਹੀ ਰਾਣਾ ਤੇ ਉਹਨਾਂ ਉੱਠਦੇ ਹੀ ਰਾਣਾ ਤੇ ਉਹਨਾਂ ਹੀ ਤੁਹਾਡੇ ਨਾਲ ਕਰਦੇ ਹੀ ਰਾਣ ਤੇ ਆਪਣੀ ਇੱਜ਼ਤ ਆਪਣੇ ਹੱਥ ਤੇ ਸਾਡੀ ਜ਼ਬਾਨ ਚੋਂ ਆਂਦੇ ਮੇਰੀ ਤੁਹਾਡੇ ਆਪਣੇ ਪਲੇਟਫਾਰਮ ਤੋਂ ਸਾਰੇ ਅੱਗੇ ਅਪੀਲ ਏ ਬਾ ਮਿਹਰਬਾਨੀ ਕਰੋ ਸਾਡੇ ਤੇ ਵੀ ਮਿਹਰਬਾਨੀ ਕਰੋ ਆਪੇ ਆਪਣੇ ਤੇ ਵੀ ਮਿਹਰਬਾਨੀ ਕਰੋ ਸ਼ਰ ਰੰਗੇਜ਼ੀ ਇਹੋ ਜਿਹੇ ਸ਼ੈਤਾਨ ਸਿਫਤ ਅਮਲ ਜਿਹੜੇ ਨੇ ਇਹੋ ਜਿਹੇ ਨਫ਼ਰਤਾਂ ਫੈਲਾਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਤੋਂ ਪਰਹੇਜ਼ ਕਰੋ ਤੁਹਾਨੂੰ ਕੋ ਜਨਾ ਕੋ ਅਸੀਂ ਦੁਹਾਨ ਕੋ ਜਨੀਆਂ ਦੇ ਇਹਨੂੰ ਤੇ ਆਕਸਾ ਅੱਲਾ ਪਾਕ ਸਾਰਿਆਂ ਰਾਹ ਰਾਸਤੇ ਚੱਲਣ ਦੀ ਤੋਫੀਕ عطا فرمਾਏ ਤੇ ਮੈਂ ਮੇਰੇ ਮੇਰੇ ਮੰਡੀ ਬਹਾਉਦੀਨ ਦਾ ਬਰਾ ਹੈ ਮੇਰੇ ਇਲਾਕੇ ਦਾ ਬਰਾ ਹੈ ਤੇ ਸੱਚਾ ਮੁਸਲਮਾਨ ਹੈ ਤੇ ਅੱਲਾ ਪਾਕ ਉਸ ਨੋਵੀ ਉਹਦੀਆਂ ਮੁਸ਼ਕਿਲਾਂ ਆਸਾਨ ਨਤਾ ਫਰਮਾਵੇ ਤੇ ਹੱਸਦੇ ਰੋ ਵਸਦੇ ਰੋ ਵਸਲਾਮ